ਪੰਜਾਬ ਅਤੇ ਭਾਰਤ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਜਿੱਥੇ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਨੇ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿੱਚ ਕਿਸੇ ਵੀ ਅਣਹੋਣੀ ਨਾਲ ਨਜਿੱਠਣ ਲਈ ਹਰ ਕਿਸਮ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਪੰਜਾਬ ਸਰਕਾਰ ਸੁਲਤਾਨਪੁਰ ਲੋਧੀ ਵਿੱਚ ਬਣੇ ਸਿਵਲ ਹਸਪਤਾਲ ਵਿੱਚ 2.44 ਕਰੋੜ ਦੀ ਲਾਗਤ ਨਾਲ ਨਵੇਂ ICU, ਟਰੋਮਾ ਸੈਂਟਰ ਅਤੇ ਐਮਰਜੈਂਸੀ ਵਾਰਡ ਦਾ ਨਿਰਮਾਣ ਕਰਵਾਇਆ ਗਿਆ, ਜਿਸ ਦਾ ਉਦਘਾਟਨ ਪੰਜਾਬ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਤੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਸ਼ਾਮਿਲ ਸਨ। ਸਿਹਤ ਮੰਤਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਕਿਸੇ ਵੀ ਹੋਣ ਵਾਲੀ ਸਥਿਤੀ ਨਾਲ ਨਜਿੱਠਣ ਲਈ ਹਰ ਤਰ੍ਹਾਂ ਦਾ ਪ੍ਰਬੰਧ ਕਰ ਲਿਆ ਗਿਆ ਏ। ਇਸ ਦੇ ਨਾਲ ਹੀ ਮੈਂਬਰ ਆਫ਼ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਉਹਨਾਂ ਨੂੰ ਮਾਣ ਨਾਲ ਕਹਿਣਾ ਪੈ ਰਿਹਾ ਕਿ ਸਭ ਕੁਝ ਸਿਰਫ 40 ਦਿਨਾਂ ਵਿੱਚ ਬਣ ਕੇ ਤਿਆਰ ਹੋਇਆ। ਇਸ ਮਗਰੋਂ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਅਕਾਲੀ ਦਲ ਅਤੇ SCPC ਇਸ ਪਵਿੱਤਰ ਪੁਰਬ ਮੌਕੇ ਵੀ ਸਿਆਸਤ ਕਰ ਰਹੀ ਹੈ, ਉਹ ਹਾਲੇ ਵੀ ਇੱਕ ਸਟੇਜ ਲਗਾ ਸਕਦੇ ਨੇ। ਇੱਕ ਬੜਾ ਜ਼ਰੂਰੀ ਸੀਗਾ ਤੋ ਬਾਬਾ ਜੀ ਦਾ ਬਸ ਮੇਲਾ ਮਹੱਤਵਪੂਰਨ ਆ ਰਿਹਾ, ਇੱਥੇ ਬਹੁਤ ਸਾਰੇ ਹਿੱਸਾ ਲੱਗ ਰਹੇ, ਲੱਖਾਂ ਦੇ ਪਰਿਵਾਰ 'ਚ ਇੱਥੇ ਆਉਣਾ ਹੈ, ਅਤੇ ਜੇਕਰ ਬਾਜੀ ਕੋਈ ਇੱਦਾਂ ਦਾ ਕੋਈ ਅਣਹੋਣੀ ਜਿਹੜਾ ਹੁੰਦਾ ਹੈ ਕਿ ਲੱਖਾਂ ਦੇ ਵਿੱਚ, ਅਤੇ ਉਹਨੂੰ ਕੰਟਰੋਲ ਕਰਨ ਵਾਸਤੇ ਅਸੀਂ ਸਭ ਔਰ ਇੱਕ ਦੂਜਾ ਇਸ ਧਰਤੀ ਨੂੰ ਤਾਂ ਅਸੀਂ ਵਿਖੇ ਕਰਨ ਵਾਸਤੇ ਹੋਣ ਵਾਸਤੇ ਬਾਬਾ ਜੀ ਬਿਲਕੁਲ 93.7 ਲੱਖ ਰੁਪਏ ਜਿਹੜਾ ਸਾਡੀ ਇੱਥੇ ਜਿਹੜੀ ਕੰਮ ਵਾਸਤੇ 2.44 ਕਰੋੜ ਰੁਪਇਆ ਬਾਕੀ ਟੋਟਲ ਹੋਸਪਿਟਲ ਦਾ ਰੈਨੋਵੇਸ਼ਨ ਵਗੈਰਾ ਸਾਰਾ ਕੁਝ ਅੱਗੇ ਜਿਹੜਾ ਇਹ ਹੋਸਪਿਟਲ ਇੱਕ ਮਾਡਰਨ ਡਿਸਟ੍ਰਿਕਟ ਲੈਵਲ ਦਾ ਹੋਸਪਿਟਲ ਜਿਹਦੇ ਹਰ ਫੈਸਿਲਿਟੀ ਦੇਖੋ ਉਹਦੇ 'ਚ ਇਹ ਹੈਗਾ ਕਿ ਡਾਕਟਰਾਂ ਦੀ ਕਮੀ ਕਦੇ ਇੱਥੇ ਨਹੀਂ ਸੈਟਲ ਪੰਜਾਬ ਨਹੀਂ ਬਹੁਤ ਜ਼ਿਆਦਾ ਪਰ ਅਸੀਂ 15 ਦਿਨਾਂ ਵਾਸਤੇ ਇੱਥੇ ਜ਼ਿਆਦਾ ਪ੍ਰੋਪਰ ਡਾਕਟਰ ICU ਨੂੰ ਚਲਾਵਾਂਗੇ ਮੈਡੀਕਲ ਸਟਾਫ ਡਾਕਟਰ ਉਹ ਸਾਰੇ ਜਿਹੜੇ ਆਉਣਗੇ ਚਾਹੇ ਪੰਜਾਬ ਤੋਂ ਬਾਹਰੋਂ ਹੋਣੇ ਪੈਣ ਚਾਹੇ ਪ੍ਰਾਈਵੇਟ ਡਾਕਟਰ ਲਿਆਉਣੇ ਪੈਣ ਪਰ ਕਵਰੀ ਰਹਿਣਗੇ। ਇਹ ਤਾਂ ਪਿਛਲੇ ਸਾਲ ਤੋਂ ਪਤਾ ਲੋਕਾਂ ਨੂੰ ਹੁਣ ਸਾਰਿਆਂ ਨੂੰ ਵੀ ਮੁੱਖ ਪੰਡਾਲ ਕਿਹੜਾ ਆ ਔਰ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਹੁਕਮ ਆ ਉਹਨਾਂ ਨੇ ਕੀਤਾ, ਉਹਨਾਂ ਕਿਹਾ ਸਰਕਾਰ ਆਪਣੀ ਵੱਖਰੀ ਸਟੇਜ ਲਾ ਸਕਦੀ ਆ ਬੱਚਾ ਅਤੇ ਜਿਹੜਾ ਗੁਰੂ ਨਾਨਕ ਸਾਹਿਬ ਦਾ ਫਲਸਫਾ ਗੁਰੂ ਨਾਨਕ ਸਾਹਿਬ ਦੀ ਬਾਣੀ ਉਹਦੀ ਗੱਲ ਕੀਤੀ ਜਾਵੇ। ਉਹਨਾਂ ਨੇ ਇਹ ਨਹੀਂ ਕਿਹਾ ਵੀ ਸਰਕਾਰ ਸਟੇਜ ਨਾ ਲਾਵੇ, ਕਿਤੇ ਵੀ ਕਿਹਾ ਤਾਂ ਉਹਨਾਂ ਨੂੰ ਹੁਕਮ 'ਚ ਕਿਹਾ ਵੀ ਸਰਕਾਰ ਸਟੇਜ ਲਾਵੇ ਔਰ ਧਾਰਮਿਕ ਜਿਹੜੇ ਕੰਮ ਕੀਤੇ। ਮੁੱਖ ਪੰਡਾਲ ਜਿਹੜਾ ਪੰਡਾਲ ਉਹ ਹੁੰਦਾ ਜਿਹਦੇ 50,000-80,000 ਬੰਦੇ ਬਹਿ ਜਾਣ, ਉਹ ਪੰਡਾਲ ਨਹੀਂ ਹੁੰਦਾ ਜਿਹੜਾ ਜਿਹਦੇ ਵਿੱਚ ਇੱਕ ਹੋਣਾ 'ਚ ਪੰਡਾਲ ਉਹਨਾਂ ਲੱਗਦਾ ਪੰਡਾਲ ਤਿਆਰ ਆ। ਲੋਕ ਪਿਛਲੇ 3 ਮਹੀਨਿਆਂ ਤੋਂ ਲੱਖਾਂ ਲੋਕ ਆਉਂਦੇ ਔਰ ਪੰਡਾਲ ਦੇਖਣ ਜਾਂਦੇ ਔਰ ਪੰਡਾਲ ਨਨਕਾਣਾ ਸਾਹਿਬ ਦੀ ਤਲੇ 'ਚ ਬਣਿਆ ਔਰ ਲੋਕਾਂ ਨੂੰ ਬੈਠਣ ਦੀ ਸਹੂਲਤ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਹੁਣ ਇਹ ਸਟੇਡੀਅਮ ਦੀ ਗੱਲ ਕਰਦੇ ਆ, ਸਟੇਡੀਅਮ ਦੇ ਵਿੱਚ ਰੱਬ ਨਾ ਕਰੇ ਕਿਤੇ ਕੋਈ ਭਗਦੜ ਮੱਚ ਜਾਵੇ ਤਾਂ ਕੀ ਕਰਨਗੇ, ਕਿੱਥੇ ਜਾਣਗੇ, ਕਿੱਥੇ ਗੰਦਾ ਨਾਲਾ ਲੋਕਾਂ ਨੂੰ ਸਮੈਲ ਜਿਹੜੀ ਉਹ ਦਿਖਾਉਣ ਦੀ ਜੀ ਪੰਡਾਲ ਦੀ ਗੱਲ ਕਰਦੇ ਪਿੱਛੇ ਟ੍ਰੀਟਮੈਂਟ ਪਲਾਂਟ ਉੱਥੇ ਜਾ ਕੇ ਦੇਖੋ ਖੜੇ ਨਹੀਂ ਹੁੰਦਾ ਉੱਥੇ ਪੰਡਾਲ 'ਚ ਜਿਹੜੀ ਗੱਲ ਹੈ ਜਿੱਦਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਆ ਉਹ ਵੀ ਸਤ ਸਮਾਜ ਨੇ ਕਿਹਾ ਵੀ ਉਹ ਬੇਅਦਬੀ ਦੇ ਬਰਾਬਰ ਆ ਜੇ ਗੰਦੇ ਨਾਲੇ ਦੇ ਨਾਲ ਬਿਲਕੁਲ ਪ੍ਰਕਾਸ਼ ਕਰਨਗੇ ਪੰਡਾਲ 'ਤੇ ਜਿੱਥੇ ਲੋਕਾਂ ਨੂੰ ਪਤਾ ਤਿਆਰ ਹੋਇਆ ਅੱਜ ਤੋਂ ਕਿੰਨੇ ਮਹੀਨਿਆਂ ਦਾ ਤਿਆਰ ਹੋ ਰਿਹਾ ਜਿਹੜਾ ਧਾਰਮਿਕ ਏਜੰਡਾ ਉਹ ਸਾਡੇ ਹੱਥੋਂ ਖਿਸਕ ਗਿਆ। ਕੈਪਟਨ ਅਮਰਿੰਦਰ ਸਿੰਘ ਨੂੰ ਲੋਕ ਇੱਕ ਰਾਜਸੀ ਨੇਤਾ ਨਹੀਂ ਇੱਕ ਧਰਮ ਦੇ ਨਾਲ ਪਿਆਰ ਕਰਨ ਵਾਲਾ ਇਨਸਾਨ ਵੀ ਵੇਚਿਆ। ਜਦੋਂ ਸਰਕਾਰ NDR ਬੁਲਾਉਂਦੀ ਹੈ ਉੱਥੇ ਤੇ ਜਾਂਦੇ ਨੇ ਹਰ ਵਾਰ ਰੌਲਾ ਪੈਂਦੇ ਜੇ ਬੈਠ ਕੇ ਗੱਲ ਕਰ ਦੋ ਸਰਕਾਰ ਦੇ ਨਾਲ ਕੈਪਟਨ ਸਾਹਿਬ ਤੇ ਜਿੰਨੇ ਵਧੀਆ ਬੰਦੇ ਉਹਨਾਂ ਨਾਲ ਗੱਲ ਕਰ ਦੋ ਤਾਂ ਹੀ ਇਜ਼ ਆਲਵੇਸ ਰੈਡੀ ਟੂ ਕੋਆਪਰੇਟ। ਇਹ ਸਿਰਫ ਇਹਨੂੰ ਉਹਨਾਂ ਕੋਲੇ ਜਾਂਦੇ ਨਹੀਂ ਕੋਈ ਕੰਕਰੀਟ ਪ੍ਰਪੋਜ਼ਲ ਨਹੀਂ ਲੈ ਕੇ ਜਾਂਦੇ
ਇੱਥੇ ਰੌਲਾ ਪਾ ਕੇ ਇਹਦਾ ਸਿਆਸੀਕਰਨ ਕਰ ਰਹੇ ਜਿਹੜਾ ਮੰਦ ਭਾਗਾ ਤੇ ਲੋਕ ਇਹਨਾਂ ਨੂੰ ਸਹੀ ਰਹੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। For more news updates and entertainment videos, please subscribe our channel. For all latest notification, don't forget to press the bell icon.